ਕੋਰੋਨਾ ਸੰਕਟ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਮਾਲਵੇ ਹਲਕਿਆਂ ਵਿੱਚੋਂ ਕਣਕ ਭੇਜਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਹਲਕਾ ਤਲਵੰਡੀ ਸਾਬੋ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਣਕ ਲਿਆਂਦੀ ਗਈ, ਜਿੱਥੇ ਤਖ਼ਤ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਨੇ ਭਰਵਾਂ ਸਵਾਗਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਸਰੋਪੇ ਪਹਿਨਾਏ। ਇਸ ਮੌਕੇ ਕੀ ਕਿਹਾ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਸੇਲ ਗੁਰੂ ਕੇ ਲੰਗਰ? ਅੱਜ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਸਮੁੱਚੇ ਹਲਕਾ ਤਲਵੰਡੀ ਸਾਬੋ ਦੇ ਸਾਰੇ ਹੀ ਪਿੰਡ ਤਲਵੰਡੀ ਸਾਬੋ ਅਤੇ ਰਾਮਾ ਸ਼ਹਿਰ 'ਚੋਂ ਅੱਜ ਅਸੀਂ ਦਮਦਮਾ ਸਾਹਿਬ ਲਗਭਗ 700 ਕੁਇੰਟਲ ਕਣਕ ਲੰਗਰ ਵਾਸਤੇ ਇੱਥੇ ਪਹੁੰਚਦੀ ਕੀਤੀ ਹੈ ਅਤੇ ਮੈਂ ਅਚੇਚੇ ਤੌਰ 'ਤੇ ਇਸ ਮੌਕੇ 'ਤੇ ਧੰਨਵਾਦ ਕਰਨਾ ਚਾਹੁੰਦਾ ਮੇਰੇ ਆਪਦੇ ਸਾਰੇ ਹੀ ਵਰਕਰ ਸਾਹਿਬਾਨ ਦਾ, ਪਿੰਡ ਵਾਸੀ ਮੇਰੇ ਬਜ਼ੁਰਗਾਂ ਦਾ, ਭਰਾਵਾਂ ਦਾ, ਜਿਨ੍ਹਾਂ ਨੇ ਹਿੰਮਤ ਕਰਕੇ ਆਪਦੀ ਨੇਕ ਕਮਾਈ 'ਚੋਂ, ਖੂਨ ਪਸੀਨੇ ਦੀ ਕਮਾਈ 'ਚੋਂ ਇਹ ਕਣਕ ਇਕੱਠੀ ਕਰਕੇ ਲੰਗਰ ਵਾਸਤੇ ਇੱਥੇ ਵੱਡਾ ਉਪਰਾਲਾ ਕੀਤਾ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਨੇ ਵੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕੀ ਕਿਹਾ, ਉਹ ਵੀ ਤੁਸੀਂ ਆਪ ਸੁਣੋ। ਮੇਰਾ ਨਾਮ ਸੁਖਬੀਰ ਸਿੰਘ ਚੱਠਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਤਲਵੰਡੀ ਸਾਬੋ। ਸਰਦਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਸਾਡੀ ਸਮੂਹ ਸੰਗਤ ਹਲਕੇ ਦੀ ਨੇ ਬਹੁਤ ਵਧੀਆ, ਜੋ ਆ ਭੈੜੀ ਬਿਮਾਰੀ ਚੱਲੀ ਹੋਈ ਹੈ ਕਰੋਨਾ, ਇਸ ਕਰਕੇ ਸਾਡੇ ਸਾਰੇ ਭਰਾਵਾਂ ਨੇ ਸਾਡਾ ਸਾਥ ਦਿੱਤਾ। MLA ਸਾਹਿਬ ਨੇ ਜੋ ਜਿਹੜੇ ਹਲ ਪਿੰਡ ਸ਼ਹਿਰ ਨੂੰ ਮਤਲਬ ਬੇਨਤੀ ਕੀਤੀ ਸੀ, ਉਹਨਾਂ ਨੇ ਵੱਧ ਚੜ੍ਹ ਕੇ ਇਸ ਸਹਿਯੋਗ ਮਹਾਮਾਰੀ 'ਚ ਸਹਿਯੋਗ ਪਾਇਆ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਅੱਜ ਸਾਡੇ ਹਲਕਾ ਤਲਵੰਡੀ ਸਾਬੋ ਵੱਲੋਂ ਟੋਟਲ 700 ਕੁਇੰਟਲ ਦੇ ਲਗਭਗ ਤਕਰੀਬਨ ਕਣਕ ਆ ਚੁੱਕੀ ਹੈ ਅਤੇ ਲਗਭਗ ਸਾਡੇ ਜਿਹੜੇ 10 ਪਿੰਡ ਬਾਕੀ ਹੈ ਉਹ SML ਸਾਹਿਬ ਅੱਜ ਲੇਟ ਜਾਣਾ ਸੀ, ਇਹਨਾਂ ਨੇ ਵਾਪਸ ਕੋਈ ਕਿਸੇ ਪ੍ਰੋਗਰਾਮ 'ਤੇ, ਤਾਂ ਕਰਕੇ ਉਹ ਪਿੰਡ ਲੇਟ ਹੋ ਗਏ ਅਤੇ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਕਣਕ ਇਕੱਠੀ ਹੋ ਗਈ ਅਤੇ ਜਿਵੇਂ MLA ਸਾਹਿਬ ਆਦੇਸ਼ ਕਰਨਗੇ ਉਹ ਵੀ ਗਾਹਾਂ ਪਹੁੰਚਾਏ। ਪੰਜਾਬ ਦੇ ਜ਼ਿਲ੍ਹਿਆਂ ਦੀ ਬਰੀਕੀ ਦੇ ਨਾਲ ਖਬਰ ਜਾਣਨ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ।